ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਦਿੱਲੀ ਤੋਂ ਲਾਹੌਰ ਜਾਣ ਵਾਲੀ ਬੱਸ ਨੂੰ ਨਹੀਂ ਚੱਲਣ ਦੇਣਗੇ, ਉਸ ਬੱਸ ਨੂੰ ਤੋੜ ਦਿੱਤਾ ਜਾਵੇਗਾ। ਲੁਧਿਆਣਾ 'ਚ ਕਾਂਗਰਸ ਪਾਰਟੀ ਵੱਲੋਂ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਅਗਵਾਈ 'ਚ ਜ਼ਿਲ੍ਹਾ ਕਾਂਗਰਸ ਦਫ਼ਤਰ ਤੋਂ ਘੰਟਾਘਰ ਚੌਂਕ ਤੱਕ ਇੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਪੁਲਵਾਮਾ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਕਾਂਗਰਸੀਆਂ ਵੱਲੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਗਏ। ਅਤੇ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਹੁਣ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਪਾਕਿਸਤਾਨ ਵੱਲੋਂ ਅੱਤਵਾਦੀ ਹਮਲੇ ਦਾ ਹੁਣ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਹਨਾਂ ਕੇਂਦਰ ਸਰਕਾਰ ਤੋਂ ਪਾਕਿਸਤਾਨ ਜਾਣ ਵਾਲੀ ਬੱਸ ਨੂੰ ਬੰਦ ਕਰਨ ਦੀ ਮੰਗ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਬੱਸ ਨੂੰ ਤੋੜ ਦਿੱਤਾ ਜਾਵੇਗਾ। ਉਹਨਾਂ ਪਾਕਿਸਤਾਨ 'ਚ ਸਿੱਖ ਨੇਤਾ ਗੋਪਾਲ ਚਾਵਲਾ ਨੂੰ ਲੈ ਕੇ ਕਿਹਾ ਕਿ ਇਹ ਲੋਕ ਜੇਲ੍ਹਾਂ 'ਚ ਬੈਠੇ ਅੱਤਵਾਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾ ਰਹੇ ਨੇ। ਕੇਂਦਰ ਸਰਕਾਰ ਵੱਲੋਂ ਅਲਗਾਵਵਾਦੀ ਨੇਤਾਵਾਂ ਨੂੰ ਸੁਰੱਖਿਆ ਵਾਪਸ ਲੈਣ ਦੇ ਕਦਮ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਦੇਣੀ ਚਾਹੀਦੀ। ਇਹ ਅੱਜ ਸਾਰੇ ਦੇਸ਼ ਦਾ ਸੈਂਟੀਮੈਂਟ ਆ, ਇਹ ਸੜਕਾਂ ਤੇ ਸਾਰਾ ਦੇਸ਼ ਆਇਆ ਹੋਇਆ ਅੱਜ, ਕਿਉਂਕਿ ਇੱਕ ਭੋਰਾਕ ਦੇਸ਼ ਪਾਕਿਸਤਾਨ ਜਿਹਦੀ ਕੋਈ ਹਿੰਮਤ ਨਹੀਂ ਗੀ ਸਾਡੇ ਮੂਹਰੇ, ਉਹ ਸਾਡੇ 42 ਨੌਜਵਾਨ ਜਿਹੜੇ ਫੌਜੀ ਨੇ ਨੌਜਵਾਨ ਉਹਨੂੰ ਸ਼ਹੀਦ ਕਰ ਦੇ, ਉਹਨੂੰ ਸਬਕ ਨਹੀਂ ਸਿਖਾਉਣਾ। ਅੱਜ ਇਕੱਲਾ ਇਕੱਲਾ ਦੇਸ਼ ਵਾਸੀ ਅੱਜ ਆਪਣੀ ਆਪਣੀ ਉਸ ਪਰਿਵਾਰਾਂ ਨਾਲ, ਉਹ ਸ਼ਹੀਦ ਪਰਿਵਾਰਾਂ ਨਾਲ ਆਪਣਾ ਆਪਣਾ ਸੈਂਟੀਮੈਂਟ ਦੱਸ ਰਿਹਾ, ਆਪਣਾ ਦੱਸ ਰਿਹਾ ਵੀ ਅਸੀਂ ਕਿਸ ਤਰੀਕੇ ਨਾਲ ਉਹਨਾਂ ਨਾਲ ਸਭ ਕੁਝ ਕਰਨ ਲਈ ਤਿਆਰ ਹਾਂ, ਸਭ ਕੁਝ ਮਰਨ ਮਿਟਣ ਲਈ ਤਿਆਰ ਹਾਂ ਆਪਣੇ ਦੇਸ਼ ਖਾਤਰ, ਪਰ ਹੁਣ ਪਾਕਿਸਤਾਨ ਨਹੀਂ ਬਖਸ਼ਿਆ ਜਾਊਗਾ। ਜਿਵੇਂ ਅਮੈਰੀਕਾ ਨੇ ਉਹਨੇ ਕੰਧ ਖਿੱਚਣ ਦੀ ਗੱਲ ਕਰ ਲਈ ਆਪਣੇ ਮੈਕਸੀਕੋ ਨਾਲ, ਅਸੀਂ ਕਿਉਂ ਨਹੀਂ? ਕਿਹੜੀਆਂ ਬੱਸਾਂ ਚੱਲ ਰਹੀਆਂ? ਸਭ ਬੱਸਾਂ ਜਿਹੜੀਆਂ ਪਾਕਿਸਤਾਨ ਬੰਦ ਹੋਣਾ ਚਾਹੀਦਾ, ਸਾਰਾ ਵਪਾਰ ਇਹਨਾਂ ਨਾਲ ਬੰਦ ਹੋਣਾ ਚਾਹੀਦਾ, ਇਹਨਾਂ ਦਾ ਭੁੱਖੇ ਮਾਰ ਦੇਣਾ ਚਾਹੀਦਾ ਇਸ ਦੇਸ਼ ਨੂੰ, ਇਹਨਾਂ ਦੀ ਹਿੰਮਤ ਨਹੀਂ। ਸਾਰਾ ਪਾਕਿਸਤਾਨ ਇਹ ਗੱਲ ਕਹੇ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਮਾੜਾ ਕੀਤਾ, ਅਸੀਂ ਸਾਰੇ ਪਾਕਿਸਤਾਨੀ ਹਿੰਦੁਸਤਾਨ ਦੇ ਨਾਲ ਆ, ਨਹੀਂ ਸਾਰਾ ਵਪਾਰਕ ਫਾਈਨੈਂਸ਼ੀਅਲ ਹਰ ਚੀਜ਼ ਉਹਨਾਂ ਨਾਲ ਬੰਦ ਕਰਨੀ ਚਾਹੀਦੀ। ਅੱਜ ਫੈਸਲਾ ਲੈਣਾ ਪਊਗਾ ਮੁਲਕ ਨੂੰ। ਲਾਹੌਰ ਬੱਸ ਕਿਹੜਾ ਲਾਹੌਰ? ਕੋਈ ਬੱਸ ਸਰਵਿਸ ਨਹੀਂ ਇਹਨਾਂ ਨਾਲ ਚੱਲਣੀ ਚਾਹੀਦੀ, ਇਹਨਾਂ ਨਾਲ ਇਹਨਾਂ ਦਾ ਸਿਰਫ ਗੋਲੀ ਤੇ ਬੰਬ ਦਾ ਇਹਨਾਂ ਨੂੰ ਜਵਾਬ ਦੇਣਾ ਪਊਗਾ। ਬੱਸ ਨਹੀਂ ਭੇਜਣੀ ਇਹਨਾਂ ਦੀ, ਹਰ ਚੀਜ਼ ਜਿਹੜੀ ਬੰਦ ਕਰਨੀ ਪਊਗੀ। ਇਹ ਤਾਂ ਬੰਦੇ ਦੇ ਪੁੱਤ ਬਣਨਗੇ। ਅੱਜ ਇਹ ਸੈਂਟੀਮੈਂਟ ਆ ਤੇ ਸਰਕਾਰ ਨੂੰ ਇਹ ਵਾਰਨਿੰਗ ਦਿੰਦੇ ਆ, ਜੇ ਜਲਦੀ ਤੋਂ ਜਲਦੀ ਇਹ ਕੰਮ ਨਾ ਕੀਤਾ, ਦਿਨ ਬਹੁਤ ਥੋੜੇ ਆ, ਤਾਂ ਸਾਰੇ ਲੋਕ ਜਿਹੜੇ ਉਹ ਸੜਕਾਂ ਤੇ ਉਤਰੇ ਆਣਗੇ ਤੇ ਬਹੁਤ ਭਾਰੀ ਗੁੱਸਾ ਰੋਸ ਆ ਲੋਕਾਂ ਦੇ ਵਿੱਚ, ਉਹ ਰੋਸ ਆ ਜਿਹੜਾ ਸਰਕਾਰ ਦੇ। ਬਿਊਰੋ ਰਿਪੋਰਟ, ਲੁਧਿਆਣਾ।